ਅੱਜ ਤੁਹਾਨੂੰ ਸਿਖਾਊਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਤਾਜ਼ੇ ਦੁੱਧ ਦੀ ਪਨੀਰ ਦੀ ਭੁਰਜੀ ਕਿਸ ਤਰ੍ਹਾਂ ਬਣਾ ਸਕਦੇ ਹਾਂ, ਜੋ ਜੋ ਇਸਦੇ ਸਮਾਨ ਪੈਂਦਾ ਉਹ ਵੀ ਤੁਹਾਨੂੰ ਸਾਰਾ ਦੱਸੂੰਗਾ। ਚਲੋ ਜੀ ਕਰਦੇ ਹਾਂ ਸ਼ੁਰੂ, ਫਿਰ ਆਪਾਂ ਤਾਜ਼ੇ ਦੁੱਧ ਦੀ ਪਨੀਰ ਦੀ ਭੁਰਜੀ ਕਿਸ ਤਰ੍ਹਾਂ ਬਣਾਵਾਂਗੇ। ਜਾਨ ਮਾਹਲ ਵੀਡੀਓ ਯੂਟਿਊਬ ਚੈਨਲ ਜਿੱਥੇ ਅਸੀਂ ਆਪਣੀ ਪੰਜਾਬੀ ਬੋਲੀ 'ਚ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ, ਆਹ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਵਿੱਚ ਤੁਸੀਂ ਮਿਲ ਕੇ ਕਿਸ ਤਰ੍ਹਾਂ ਬਣਾ ਸਕਦੇ ਹੋ, ਜਾਂ ਬੇਸਣ ਦੀ ਬਰਫੀ ਕਿਸ ਤਰ੍ਹਾਂ ਬਣਾ ਸਕਦੇ ਹੋ, ਜਾਂ ਆਪਣੇ ਘਰ ਦੇ ਵਿੱਚ ਪੀਜ਼ਾ ਤਵੇ ਪਰ ਕਿਸ ਤਰ੍ਹਾਂ ਬਣਾ ਸਕਦੇ ਹੋ, ਜਾਂ ਗੁਲਾਬ ਜਾਮਣ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਹੋ। ਅਤੇ ਸਾਡਾ ਜਾਨ ਮਾਹਲ ਵੀਡੀਓ ਨਾਂ ਦਾ ਇੱਕ ਫੇਸਬੁੱਕ ਪੇਜ ਵੀ ਹੈਗਾ ਜਿੱਥੇ ਤੁਸੀਂ ਸਾਡੇ ਨਾਲ ਲਾਈਵ ਚੈਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਲਾਈਵ ਚੈਟ ਕਰ ਸਕਦੇ ਹੋ ਇਸ ਪੇਜ ਪਰ ਜਾ ਕੇ, ਅਤੇ ਸਾਡੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ। ਓਕੇ ਜੀ, ਦੇਖੋ ਜੀ ਅਗਲੀ ਵੀਡੀਓ। ਤਾਜ਼ੇ ਪਨੀਰ ਦੀ ਭੁਰਜੀ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਪਿਆਜ਼ ਲਿੱਤੇ ਨੇ, ਹਰਾ ਧਨੀਆ, ਨਮਕ, ਗਰਮ ਮਸਾਲਾ, ਦੋ ਟਮਾਟਰ ਕੱਟੇ ਨੇ, ਹਲਦੀ, ਜੀਰਾ, ਅਦਰਕ ਦਾ ਮੈਂ ਪੇਸਟ ਬਣਾ ਲਿਆ, ਹਰੀ ਮਿਰਚ, ਹਰੀ ਮਿਰਚ ਦੀ ਜਗ੍ਹਾ ਤੁਸੀਂ ਲਾਲ ਮਿਰਚ ਵੀ ਲੈ ਸਕਦੇ, ਜਿੰਨਾ ਤੁਸੀਂ ਆਪਣੇ ਪਨੀਰ ਦੀ ਭੁਰਜੀ ਨੂੰ ਤਿੱਖਾ ਕਰਨਾ ਚਾਹੁੰਦੇ ਹੋ। ਮੈਂ ਹਰੀ ਮਿਰਚ ਲਿੱਤੀ ਆ, ਤੁਸੀਂ ਲਾਲ ਮਿਰਚ ਵੀ ਯੂਜ਼ ਕਰ ਸਕਦੇ ਹੋ ਇਸ ਦੀ ਜਗ੍ਹਾ। ਅਤੇ 1 ਲੀਟਰ ਮੈਂ ਮੱਝ ਦਾ ਦੁੱਧ ਲਿੱਤਾ, ਠੀਕ ਹੈ ਜੀ। ਅਤੇ ਇਸ ਦੁੱਧ ਨੂੰ ਆਪਾਂ ਫਾੜਨ ਵਾਸਤੇ ਇਸ ਦੇ ਵਿੱਚ ਪਾਵਾਂਗੇ ਵਿਨੇਗਰ, ਵਾਈਟ ਵਿਨੇਗਰ ਹੈ। ਤੁਸੀਂ ਇਸ ਦੀ ਜਗ੍ਹਾ ਨਿੰਬੂ ਵੀ ਪਾ ਸਕਦੇ ਹੋ, ਇਸ ਦੇ ਵਿੱਚ 2-3 ਨਿੰਬੂ ਤੁਸੀਂ ਨਿਚੋੜ ਲੈਣੇ, ਉਹ ਜਦੋਂ ਦੁੱਧ ਨੂੰ ਉਬਾਲੀਏ ਤੁਹਾਨੂੰ ਮੈਂ ਦੱਸੂਗਾ ਕਿਸ ਟਾਈਮ ਤੁਸੀਂ ਪਾਉਣਾ ਉਸ ਦੇ ਵਿੱਚ ਵੀ। ਅਤੇ ਸਭ ਤੋਂ ਪਹਿਲਾਂ ਆਪਾਂ ਨੇ ਦੁੱਧ ਨੂੰ ਉਬਾਲੀ ਦੇਣੀ, ਫਿਰ ਆਪਾਂ ਇਸ ਦੇ ਵਿੱਚ ਵਿਨੇਗਰ ਪਾਵਾਂਗੇ, ਉਹ ਤੁਹਾਨੂੰ ਮੈਂ ਦੱਸਦਾ। ਮੈਂ ਇੱਕ ਪਤੀਲਾ ਲਿੱਤਾ, ਪਤੀਲੇ ਦੇ ਵਿੱਚ ਆਪਾਂ ਦੁੱਧ ਪਾ ਲਵਾਂਗੇ ਸਭ ਤੋਂ ਪਹਿਲਾਂ। ਇਹ ਮੱਝ ਦਾ ਦੁੱਧ ਆ, ਉਸ ਤੋਂ ਬਾਅਦ ਆਪਾਂ ਇਸ ਦੇ ਥੱਲੇ ਅੱਗ ਬਾਲ ਦੂੰਗੇ। ਇਸ ਨੂੰ ਤੁਸੀਂ ਹਲਕਾ ਹਲਕਾ ਹਿਲਾਉਂਦੇ ਵੀ ਰਹਿਣਾ ਤਾਂ ਜੋ ਆਪਣਾ ਦੁੱਧ ਥੱਲੇ ਨਾ ਲੱਗੇ, ਠੀਕ ਹੈ ਜੀ। ਇਸ ਨੂੰ ਥੋੜ੍ਹਾ ਹਰ 2 ਮਿੰਟ ਬਾਅਦ ਤੁਸੀਂ ਹਲਕਾ ਜਿਹਾ ਇਸ ਨੂੰ ਹਿਲਾ ਦੇਣਾ ਤਾਂ ਜੋ ਇਹ ਥੱਲੇ ਨਾ ਲੱਗੇ। ਜੋ ਮੈਂ ਪਤੀਲੇ ਦੇ ਵਿੱਚ ਦੁੱਧ ਪਾਇਆ ਸੀ ਉਸਨੂੰ ਵੀ ਉਬਾਲੀ ਆਉਣੀ ਸ਼ੁਰੂ ਹੋਣੇ ਵਾਲੀ ਹੈ, ਠੀਕ ਹੈ ਜੀ। ਆਹ ਦੇਖੋ ਮੈਂ ਇਸ ਨੂੰ ਨਾਲ ਦੀ ਨਾਲ ਹਲਕਾ ਹਲਕਾ ਹਿਲਾਉਂਦਾ ਵੀ ਰਿਹਾ। ਜੇ ਤੁਸੀਂ ਇਸ ਤਰ੍ਹਾਂ ਹਿਲਾਉਂਦੇ ਰਹੋਗੇ ਆਪਣਾ ਦੁੱਧ ਥੱਲੇ ਨਹੀਂ ਲੱਗੂਗਾ, ਜੇ ਤੁਸੀਂ ਇਸ ਤਰ੍ਹਾਂ ਹੀ ਛੱਡ ਦੂੰਗੇ ਥੱਲੇ ਲੱਗ ਜੂ। ਆਹ ਦੇਖੋ ਇਸ ਨੂੰ ਉਬਾਲੀ ਆਉਣੀ ਸ਼ੁਰੂ ਹੋ ਚੁੱਕੀ ਹੈ, ਠੀਕ ਹੈ ਜੀ। ਜਦੋਂ ਇਸ ਤਰ੍ਹਾਂ ਉਬਾਲੀ ਆਉਣੀ ਸ਼ੁਰੂ ਹੋ ਜਾਵੇ, ਠੀਕ ਹੈ, ਤੁਸੀਂ ਗੈਸ ਕਰ ਦੇਣੀ ਹੈ ਬੰਦ, ਠੀਕ ਹੈ ਜੀ। ਔਰ ਤੁਸੀਂ ਇਸ ਨੂੰ ਹਲਕਾ ਜਿਹਾ ਹਿਲਾ ਦੇਣਾ ਇਸ ਤਰ੍ਹਾਂ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਵਿਨੇਗਰ, ਵਾਈਟ ਵਿਨੇਗਰ ਇਹ, ਠੀਕ ਹੈ ਜੀ। ਤੁਹਾਨੂੰ ਮੈਂ ਦੱਸ ਚੁੱਕਾ ਤੁਸੀਂ ਇਸ ਦੀ ਜਗ੍ਹਾ ਨਿੰਬੂ ਵੀ ਪਾ ਸਕਦੇ ਹੋ ਇਸ ਨੂੰ ਫਾੜਨ ਵਾਸਤੇ। ਵਿਨੇਗਰ ਪਾ ਕੇ ਤੁਸੀਂ ਹਿਲਾਉਂਦੇ ਰਹਿਣਾ। ਤੁਸੀਂ ਦੇਖ ਸਕਦੇ ਹੋ ਆਪਣਾ ਜੋ ਪਨੀਰ ਇਸ ਦੇ ਵਿੱਚ ਬਣ ਚੁੱਕਿਆ, ਠੀਕ ਹੈ ਜੀ। ਉਸਨੇ ਦੁੱਧ ਦੇ ਵਿੱਚ ਪਨੀਰ ਬਣ ਚੁੱਕਾ ਅਤੇ ਉਸਨੇ ਪਾਣੀ ਅਲੱਗ ਕਰਤਾ ਅਤੇ ਪਨੀਰ ਆਪਣਾ ਬਣ ਚੁੱਕਿਆ ਇਸ ਦੇ ਵਿੱਚ। ਅਤੇ ਹੁਣ ਆਪਾਂ ਇਸ ਨੂੰ ਛਾਣ ਲਵਾਂਗੇ। ਮੈਂ ਤੁਸੀਂ ਇਸ ਤਰ੍ਹਾਂ ਕੱਪੜਾ ਲੈ ਲੈਣਾ ਜਿਸ ਦੇ ਵਿੱਚ ਪਾਣੀ ਥੱਲੇ ਚਲੀ ਜਾਵੇ ਅਤੇ ਆਪਣਾ ਪਨੀਰ ਆਪਣੇ ਕੋਲ ਰਹਿ ਜਾਵੇ, ਸੂਤੀ ਕੱਪੜਾ ਹੈ, ਠੀਕ ਹੈ ਜੀ। ਜੋ ਆਪਣੇ ਘਰ ਦੇ ਵਿੱਚ ਪਾਉਣੇ ਹੁੰਦੇ ਆਪਾਂ ਯੂਜ਼ ਕਰੇ ਲੈਂਦੇ ਹੋ ਵੀ ਉਹੀ ਤੁਸੀਂ ਲੈਣਾ ਇਸ ਵਾਸਤੇ। ਅਤੇ ਆਪਾਂ ਇਸ ਦੇ ਵਿੱਚ ਪਾ ਲਵਾਂਗੇ, ਤੁਸੀਂ ਇਸ ਨੂੰ ਇਸ ਤਰ੍ਹਾਂ ਹੀ ਰੱਖ ਲੈਣਾ, ਠੀਕ ਹੈ ਜੀ। ਅਤੇ ਇੱਕ ਤੁਹਾਨੂੰ ਮੈਂ ਚੀਜ਼ ਹੋਰ ਦੱਸਣਾ ਚਾਹੁੰਦਾ, ਜੇ ਤੁਸੀਂ ਇਸਦੇ ਜਿੱਦਾਂ ਪਨੀਰ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ, ਮਟਰ ਪਨੀਰ ਬਣਾਉਂਦੇ ਉਸਦੇ ਪੀਸ ਬਣ ਜਾਂਦੇ ਆ, ਮੈਂ ਤੁਸੀਂ ਇਸਨੂੰ ਫੜ ਕੇ ਨਾ ਇਸ ਤਰ੍ਹਾਂ ਘੁੱਟ ਕੇ ਬੰਨ ਦੇਣਾ ਅਤੇ ਉੱਪਰ ਕੋਈ ਭਾਰੀ ਚੀਜ਼ ਰੱਖ ਦੇਣੀ। ਅਤੇ ਇਸਨੇ ਜਿਸ ਤਰ੍ਹਾਂ ਆਪਣੇ ਪਿੰਨਾ ਜਾਂਦਾ ਉਸ ਤਰ੍ਹਾਂ ਬਣਿਆ, ਤੁਸੀਂ ਫਿਰ ਕੱਟ ਕੱਟ ਕੇ ਛੋਟੇ ਛੋਟੇ ਜਿਹੇ ਸਲਾਈਸ ਬਣਾ ਸਕਦੇ ਹੋ, ਪਰ ਆਪਣੇ ਜੇ ਪਨੀਰ ਦੀ ਭੁਰਜੀ ਬਣਾਉਣੀ ਆਪਾਂ ਨੂੰ ਇਸ ਤਰ੍ਹਾਂ ਦੀ ਪਨੀਰ ਚਾਹੀਦਾ ਇਸ ਵਾਸਤੇ ਖਿਲਰਿਆ। ਠੀਕ, ਮਸਾਲਾ ਤਿਆਰ ਕਰਦੇ ਜਿੰਨੇ ਟਾਈਮ 'ਚ ਇਸਦਾ ਜੋ ਫਾਲਤੂ ਪਾਣੀ ਨਿਚੜ ਜੂਗਾ। ਫਿਰ ਮੈਂ ਇੱਕ ਪੈਨ ਲਿੱਤਾ, ਪੈਨ ਦੇ ਵਿੱਚ ਆਪਾਂ ਤੇਲ ਪਾ ਲੂੰਗੇ, ਰਿਫਾਇੰਡ ਆਇਲ ਹੈ। ਤੁਸੀਂ ਇਸ ਦੀ ਜਗ੍ਹਾ ਕੁਕਿੰਗ ਆਇਲ, ਸਰੋਂ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਇਸ ਵਾਸਤੇ, ਦੇਸੀ ਘੀ ਵੀ ਯੂਜ਼ ਕਰ ਸਕਦੇ ਹੋ। ਮੈਂ 2 ਵੱਡੇ ਚਮਚੇ ਰਿਫਾਇੰਡ ਆਇਲ ਦੇ ਪਾਏ ਨੇ। ਜਦੋਂ ਆਪਣਾ ਇਸ ਦੇ ਵਿੱਚ ਤੇਲ ਥੋੜ੍ਹਾ ਜਿਹਾ ਗਰਮ ਹੋ ਜੂਗਾ, ਫਿਰ ਆਪਾਂ ਇਸ ਦੇ ਵਿੱਚ ਜੀਰਾ ਪਾਉਂਗੇ ਸਭ ਤੋਂ ਪਹਿਲਾਂ।
ਜਦੋਂ ਆਪਣਾ ਜੀਰਾ ਹਲਕਾ ਜਿਹਾ ਭੁੰਨ ਹੋ ਜਾਊਗਾ ਫਿਰ ਆਪਾਂ ਇਸ ਦੇ ਵਿੱਚ ਪਾ ਦਊਂਗੇ ਪਿਆਜ਼। ਇੱਕ ਮੈਂ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ, ਪਨੀਰ ਦੀ ਭੁਰਜੀ ਵਾਸਤੇ ਪਿਆਜ਼ ਆਪਾਂ ਨੇ ਪੂਰਾ ਨਹੀਂ ਭੁੰਨਣਾ ਹੈਗਾ, ਬਸ ਅੱਧ ਕੱਚਾ ਜਿਹਾ ਭੁੰਨਣਾ। ਆ ਤੁਸੀਂ ਦੇਖ ਸਕਦੇ ਹੋ ਇਸ ਵਾਸਤੇ ਆਪਾਂ ਨੇ ਇੰਨਾ ਕੁ ਪਿਆਜ਼ ਭੁੰਨਣਾ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਅਦਰਕ। ਆਪਾਂ ਨੇ ਅਦਰਕ ਨੂੰ ਹਲਕਾ ਜਿਹਾ ਭੁੰਨ ਲੈਣਾ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਟਮਾਟਰ। ਜੋ ਮੈਂ ਇਸ ਦੇ ਵਿੱਚ ਟਮਾਟਰ ਪਾਇਆ ਸੀ ਉਸਨੂੰ ਵੀ ਤੁਸੀਂ ਇਸਨੂੰ ਹਲਕਾ ਜਿਹਾ ਭੁੰਨਣਾ, ਜ਼ਿਆਦਾ ਨਹੀਂ ਭੁੰਨਣਾ ਹੈਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਪਨੀਰ ਦੀ ਭੁਰਜੀ ਹੁੰਦੀ ਉਸ ਵਾਸਤੇ ਸਾਰਾ ਮਸਾਲਾ ਖੜਮਾ ਜੀ ਹੁੰਦਾ, ਇਸ ਵਾਸਤੇ ਜਿੱਦਾਂ ਸੌਸ ਜੀ ਟਾਈਪ ਨਹੀਂ ਤੁਸੀਂ ਬਣਾ ਲੈਣਾ, ਬਸ ਹਰੇਕ ਚੀਜ਼ ਖੜਮੀ ਖੜਮੀ ਜੀ ਹੋਣੀ, ਪਿਆਜ਼ ਵੀ ਆਪਣਾ ਖੜਮਾ ਜਿਹਾ ਹੋਵੇ, ਜੋ ਟਮਾਟਰ ਪਾਏ ਉਹ ਵੀ ਆਪਣੇ ਖੜਮੇ ਜੀ ਹੋਣ। ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਹਲਦੀ। ਹਲਦੀ ਤਾਂ ਮੈਂ ਇਸ ਦੇ ਵਿੱਚ ਅੱਧਾ ਕੁ ਚਮਚਾ ਪਾਇਆ। ਹਲਦੀ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਹਰੀ ਮਿਰਚ। ਮੈਂ ਤੁਹਾਨੂੰ ਦੱਸ ਚੁੱਕਿਆ ਇਸ ਦੀ ਜਗ੍ਹਾ ਤੁਸੀਂ ਲਾਲ ਮਿਰਚ ਵੀ ਯੂਜ਼ ਕਰ ਸਕਦੇ ਹੋ। ਗਰਮ ਮਸਾਲਾ ਪਾ ਦੇਵਾਂਗੇ। ਅਤੇ ਨਮਕ ਪਾ ਦੇਵਾਂਗੇ। ਨਮਕ ਤੁਸੀਂ ਆਪਣੇ ਟੇਸਟ ਅਨੁਸਾਰ ਵੱਧ ਘੱਟ ਪਾ ਸਕਦੇ ਹੋ। ਇਸ ਨੂੰ ਮਿਕਸ ਕਰਾਂਗੇ। ਜਦੋਂ ਆਪਣੇ ਸਾਰਾ ਸਮਾਨ ਇਸ ਦੇ ਵਿੱਚ ਮਿਕਸ ਕਰਤਾ ਫਿਰ ਆਪਾਂ ਨੇ ਇਸ ਦੇ ਵਿੱਚ ਪਾ ਦੇਣਾ ਪਨੀਰ। ਮੈਂ ਸਾਰਾ ਪਨੀਰ ਇਸ ਦੇ ਵਿੱਚ ਪਾ ਦਿੱਤਾ, ਇਸ ਨੂੰ ਮਿਕਸ ਕਰ ਦੇਵਾਂਗੇ। ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਕੋਸ਼ਿਸ਼ ਕਰਨੀ ਆਪਣਾ ਜੋ ਪਨੀਰ ਆ, ਦੇਖੋ ਮੈਂ ਇਸਨੂੰ ਬਰੀਕ ਬਰੀਕ ਭੰਨ ਲਿਆ ਸੀ, ਜੇ ਥੋੜਾ ਜੰਮ ਵੀ ਜਾਵੇ ਨਾ ਤੁਸੀਂ ਇਸਨੂੰ ਬਰੀਕ ਬਰੀਕ ਜਿਹਾ ਕਰ ਲੈਣਾ, ਠੀਕ ਹੈ ਜੀ। ਮੈਂ ਚੰਗੀ ਤਰ੍ਹਾਂ ਇਸਨੂੰ ਮਿਕਸ ਕਰਤਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸਣਾ ਚਾਹੁੰਦਾ, ਤੁਸੀਂ ਇਸ ਦੇ ਵਿੱਚ ਹਰੇ ਮਟਰ ਵੀ ਪਾ ਸਕਦੇ ਹੋ। ਜਦੋਂ ਆਪਾਂ ਨੇ ਟਮਾਟਰ ਪਾਉਣੇ ਉਸਦੇ ਨਾਲ ਤੁਸੀਂ ਹਰੇ ਮਟਰ ਵੀ ਪਾ ਦੇਣਾ, ਉਸਨੂੰ 3 ਤੋਂ 4 ਮਿੰਟ ਤੁਸੀਂ ਸੇਕ ਲਵਾ ਕੇ ਬਾਅਦ ਵਿੱਚ ਪਨੀਰ ਪਾ ਦੇਣਾ ਇਸ ਦੇ ਵਿੱਚ। ਜੇ ਤੁਹਾਨੂੰ ਹਰੇ ਮਟਰ ਤੁਹਾਡੇ ਘਰ 'ਚ ਅਵੇਲੇਬਲ ਹੋਵੇ ਤੁਸੀਂ ਇਸ ਦੇ ਵਿੱਚ ਯੂਜ਼ ਕਰ ਸਕਦੇ ਹੋ। ਇਸ ਨੂੰ ਵੀ ਤੁਸੀਂ ਜੋ ਇਸ ਦੇ ਵਿੱਚ ਪਨੀਰ ਪਾਇਆ ਉਸਨੂੰ ਵੀ ਤੁਸੀਂ ਹਲਕਾ ਜਿਹਾ ਸੇਕ ਲਵਾਉਣਾ, 2-3 ਮਿੰਟ ਇਸ ਨੂੰ ਹਲਕਾ ਜਿਹਾ ਸੇਕ ਲਵਾਉਣਾ ਮੀਡੀਅਮ ਸੇਕ ਪਰ, ਠੀਕ ਹੈ ਜੀ। ਜਦੋਂ 2 ਜਾਂ 3 ਮਿੰਟ ਹੋ ਜਾਣ ਤਾਂ ਆਪਣੀ ਤੁਸੀਂ ਗੈਸ ਕਰ ਦੇਣੀ ਬੰਦ। ਮੈਨੂੰ ਹੁਣ 2 ਤੋਂ 3 ਮਿੰਟ ਹੋ ਚੁੱਕੇ ਨੇ ਅਤੇ ਮੈਂ ਇਸ ਦੀ ਗੈਸ ਕਰ ਦੂੰਗਾ ਬੰਦ। ਗੈਸ ਬੰਦ ਕਰਨ ਤੋਂ ਬਾਅਦ ਫਿਰ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਹਰਾ ਧਨੀਆ। ਇਸ ਨੂੰ ਮਿਕਸ ਕਰ ਦੇਵਾਂ ਇੱਕ ਵਾਰੀ ਚੰਗੀ ਤਰ੍ਹਾਂ। ਅਤੇ ਹੁਣ ਮੈਂ ਤੁਹਾਨੂੰ ਇਸ ਪਨੀਰ ਨੂੰ ਇੱਕ ਪਲੇਟ 'ਚ ਕੱਢ ਕੇ ਦਿਖਾਉਂਦਾ, ਇਸ ਦਾ ਫਾਈਨਲ ਲੁੱਕ। ਆ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਆਪਣੇ ਘਰ ਦੇ ਵਿੱਚ ਇਹ ਪਨੀਰ ਕਿਸ ਤਰ੍ਹਾਂ ਬਣਾਇਆ, ਤਾਜ਼ੇ ਦੁੱਧ ਦਾ ਉਸ ਨੂੰ ਫੜ ਕੇ। ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਪਨੀਰ ਬਣਾਉਣ ਦੀ ਜ਼ਰੂਰ ਟਰਾਈ ਕਰਿਓ। ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ, ਅਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਨੇ ਕਿਸੇ ਅਗਲੀ ਵੀਡੀਓ ਦੇ ਵਿੱਚ।